ਪੰਨੂ ਸਾਹਿਬ ਅੱਜ ਫਤਿਹਗੜ੍ਹ ਚੂੜੀਆਂ ਪਹੁੰਚ ਰਹੇ ਹੋ। ਬਹੁਤ ਸਤਿਕਾਰਯੋਗ ਫਤਿਹਗੜ੍ਹ ਚੂੜੀਆਂ ਦੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ, ਸਾਡਾ ਵੀਰ ਰਾਜੀਵ ਸ਼ਰਮਾ ਮਾਰਕੀਟ ਕਮੇਟੀ ਚੇਅਰਮੈਨ ਅਤੇ ਹੋਰ ਵੀ ਕਾਫੀ ਸਾਡੇ ਭਰਾ ਜੋ ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਅੱਜ ਇਹਨਾਂ ਦੇ ਉਪਰਾਲੇ ਸਦਕਾ ਜੋ ਅੱਜ ਇਹਨਾਂ ਨੇ ਬੜਾ ਵਧੀਆ ਇੱਕ ਸਲਾਹਣਾ ਜੋ ਕਦਮ ਚੁੱਕਿਆ ਹੈ। ਬੋਆਏ ਸਕੂਲ ਦੇ ਵਿੱਚ ਤਕਰੀਬਨ 150 ਦੀ ਗਿਣਤੀ ਦੇ ਵਿੱਚ ਅੱਜ ਪੌਦਾ ਸਟਾਫ ਮੈਂਬਰਾਂ ਨੂੰ, ਪ੍ਰਿੰਸੀਪਲ ਸਾਹਿਬਾਨ, ਬੱਚੇ, ਗਰਲ ਸਕੂਲ ਦੇ ਵਿੱਚ ਪ੍ਰਿੰਸੀਪਲ ਅਨੀਤਾ ਅਰੋੜਾ ਜੀ ਇਹਨਾਂ ਦੀ ਅਗਵਾਈ ਹੇਠ ਜੋ ਬੱਚਿਆਂ ਨੂੰ ਅੱਜ ਬੂਟਾਂ ਦੀ ਵੰਡ ਕੀਤੀ ਗਈ ਹੈ। ਬੜਾ ਵਧੀਆ ਲੱਗਦਾ ਜਦੋਂ ਇੱਕ ਸਮਾਜ ਨੂੰ ਸੇਧ, ਚੰਗੀ ਸੇਧ ਬੱਚਿਆਂ ਨੂੰ ਚੰਗੀ ਗਾਈਡਲਾਈਨ ਦੇਣ ਦਾ ਜਦੋਂ ਫੈਸਲਾ ਟੀਚਰ ਸਾਹਿਬਾਨ, ਸਮਾਜ ਦੇ ਸਾਡੇ ਜਿਹੜੇ ਚੰਗੇ ਭਰਾ ਜਿਹੜੇ ਇਹੋ ਜਿਹੇ ਫੈਸਲੇ ਲੈਂਦੇ ਨੇ, ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਪ੍ਰਿੰਸੀਪਲ ਸਾਹਿਬਾਨ ਨੇ, ਮੈਂ ਬੜਾ ਵੇਖ ਰਿਹਾ, ਬੜੇ ਵਧੀਆ ਤਰੀਕੇ ਦੇ ਨਾਲ ਬੋਆਏ ਸਕੂਲ ਦੇ ਵਿੱਚ ਵੀ ਪ੍ਰਿੰਸੀਪਲ ਸਾਹਿਬਾਨ, ਸਾਡੀ ਭੈਣ ਇੱਥੇ ਵੀ, ਸਾਡੀ ਭੈਣ ਨੇ ਬੱਚਿਆਂ ਨੂੰ ਗਾਈਡਲਾਈਨ ਦਿੱਤੀ ਹੈ ਅਤੇ ਬੱਚਿਆਂ ਨੇ ਅੰਦਰੋਂ ਉਤਸ਼ਾਹਿਤ ਹੋ ਕੇ ਹਰ ਇੱਕ ਬੱਚੇ ਦੇ ਮਨ ਦੇ ਵਿੱਚ ਇੱਕ ਇੱਦਾਂ ਦੀ ਚਾਹ ਆ, ਰੀਝ ਆਈ ਆ ਵੀ ਮੈਂ ਆਪਣੇ ਘਰ ਦੇ ਵਿੱਚ ਆਪਣੀ ਉਮਰ ਦੇ ਨਾਲ ਨਾਲ ਇੱਕ ਬੂਟੇ ਨੂੰ ਵੀ ਲਾਵਾਂ ਤਾਂ ਜੋ ਉਹਦੇ ਘਰ ਦੇ ਵਿੱਚ ਚੰਗਾ ਵਾਤਾਵਰਨ, ਚੰਗੀ ਹਵਾ, ਇਲਾਕੇ ਦੇ ਵਿੱਚ ਚੰਗੀ ਹਵਾ, ਮਾਨਸੂਨ ਪਾਉਣਾ, ਜੋ ਵੀ ਬੂਟਾ ਸਾਨੂੰ ਪੈਦਾਵਾਰ ਵੱਡਾ ਹੋਣ 'ਤੇ ਜੋ ਦੇ ਸਕਦਾ ਹੈ। ਸਾਰੇ ਸਕੂਲ ਦੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ, ਬੜੀ ਮਨ ਨੂੰ ਮੇਰੇ ਖੁਸ਼ੀ ਹੋਈ। ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ, ਸਾਡਾ ਵੀਰ ਰਾਜੀਵ ਸ਼ਰਮਾ ਮਾਰਕੀਟ ਕਮੇਟੀ ਚੇਅਰਮੈਨ, ਸਾਡੀ ਭੈਣ ਪ੍ਰਿੰਸੀਪਲ ਅਨੀਤਾ ਅਰੋੜਾ ਜੀ ਬੋਆਏ ਸਕੂਲ ਦੀ ਪ੍ਰਿੰਸੀਪਲ, ਜੋ ਐਡਾ ਵਧੀਆ, ਬਹੁਤ ਵਧੀਆ ਜੋ ਬੱਚਿਆਂ ਨੂੰ ਗਾਈਡ ਕਰ ਰਹੇ ਨੇ। ਅਤੇ ਨਾਲ ਨਾਲ ਮੈਂ ਗਰਲ ਸਕੂਲ ਦਾ, ਫਤਿਹਗੜ੍ਹ ਚੂੜੀਆਂ ਦਾ ਮੀਡੀਆ ਦੇ ਰਾਹੀਂ ਸਾਰਿਆਂ ਨੂੰ ਇੱਕ ਬੜਾ ਵੱਡਾ ਜੋ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਵੀ ਸੀ, ਮੈਡਮ ਦੀ ਪ੍ਰਮੋਸ਼ਨ ਵੀ ਹੋਈ ਸੀ, ਬੱਚਿਆਂ ਦੀ ਸੇਵਾ ਕਰਨ ਕਰਕੇ ਮੈਡਮ ਨੇ ਆਪਣੀ ਪ੍ਰਮੋਸ਼ਨ ਨੂੰ ਨਹੀਂ ਲਿਆ ਕਿ ਮੈਂ ਇਸੇ ਸਕੂਲ ਦੇ ਵਿੱਚ ਬੱਚਿਆਂ ਦੀ ਸੇਵਾ, ਕਿਉਂਕਿ ਇਹਨਾਂ ਨੇ ਇੱਕ ਛੋਟੇ ਜਿਹੇ ਬੂਟੇ ਨੂੰ ਵੱਡਾ ਕੀਤਾ ਹੈ। ਅੱਜ ਦੀ ਡੇਟ ਦੇ ਵਿੱਚ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਮੈਂ ਦੇਖ ਰਿਹਾ ਅਤੇ ਫਤਿਹਗੜ੍ਹ ਚੂੜੀਆਂ ਦਾ ਰਿਜ਼ਲਟ ਤਰਫੋਂ ਵੇਖੀਏ, ਬੱਚਿਆਂ ਦਾ ਪੜ੍ਹਾਈ ਤਰਫੋਂ ਵੇਖਿਆ ਜਾਵੇ, ਇੱਕ ਸਕੂਲ ਦੇ ਵਿੱਚ ਬੇਟੀਆਂ ਦੇ ਸਕੂਲ ਦੇ ਵਿੱਚ ਕੰਟਰੋਲ ਸਿਸਟਮ ਮੈਡੀਕ ਜੋ ਕੰਮ ਹੈ, ਮੈਂ ਜ਼ਿਲ੍ਹੇ ਦੇ ਵਿੱਚ ਹੋਰ ਵੀ ਸਕੂਲਾਂ ਦੇ ਵਿੱਚ ਗਿਆ ਪਰ ਮੈਨੂੰ ਬਹੁਤ ਪਸੰਦ ਆਇਆ। ਅਤੇ ਮੈਂ ਮੈਡਮ ਨੂੰ ਵੀ ਵੈਸੇ ਕਈ ਵਾਰ ਫੋਨ 'ਤੇ ਗੱਲਬਾਤ ਵੀ ਕਰਦਾ ਵੀ ਜਿੱਥੇ ਵੀ ਮੇਰੀ ਲੋੜ ਹੋਵੇ, ਅੱਜ ਵੀ ਮੈਨੂੰ ਪ੍ਰਿੰਸੀਪਲ ਸਾਹਿਬ ਕਹਿ ਰਹੇ ਨੇ ਵੀ ਬੱਸਾਂ ਦੀ ਹੋਰ ਬੱਚੀਆਂ ਵਾਸਤੇ, ਪਹਿਲਾਂ ਵੀ ਬੱਚਾਂ ਬੱਚੀਆਂ ਵਾਸਤੇ ਬੱਸਾਂ ਲਾਈਆਂ ਗਈਆਂ ਨੇ, ਅਤੇ ਅੱਜ ਮੈਂ ਹੋਰ ਵੀ ਪ੍ਰਿੰਸੀਪਲ ਸਾਹਿਬਾਨ ਨੂੰ ਅੱਜ ਮੈਂ ਵਚਨ ਦੇ ਕੇ ਚੱਲਿਆ ਵੀ ਆਪਾਂ ਥੋੜ੍ਹੇ ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਸਾਡੀਆਂ ਛੋਟੀਆਂ ਬੱਚੀਆਂ ਸਕੂਲ ਪਲੱਸ ਟੂ ਤੱਕ ਸਕੂਲ ਆਉਂਦੀਆਂ ਨੇ, ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਘਰੋਂ ਲੈ ਕੇ ਆਇਆ ਜਾਊਗਾ ਅਤੇ ਉਹਨੂੰ ਛੱਡ ਕੇ ਆਇਆ ਜਾਊਗਾ, ਉਹਦੇ ਵਿੱਚ ਬੱਸ ਦੇ ਵਿੱਚ ਸਿਕਿਉਰਿਟੀ ਗਾਰਡ, CCTV ਕੈਮਰੇ ਵਗੈਰਾ, ਰਜਿਸਟਰ ਵਗੈਰਾ, ਪ੍ਰੋਪਰ ਜੋ ਹਾਜ਼ਰੀ ਰਜਿਸਟਰ ਬੱਸ ਤੋਂ ਚੜ੍ਹਨ ਤੱਕ ਦੇ ਔਰ ਸਕੂਲ ਤੱਕ ਪਹੁੰਚਣ ਤੱਕ ਦੀ ਇੱਕ ਹਾਜ਼ਰੀ ਲਗਾ ਜੂਗੀ, ਇੱਕ ਜ਼ਿੰਮੇਵਾਰੀ ਅਤੇ ਮੈਡਮ ਦੀ ਮੈਂ ਦੇਖ ਰਿਹਾ ਬੜੇ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਮੈਂ ਸਾਰੇ ਜਿੰਨੇ ਵੀ ਹੋਰ ਵੀ ਟੀਚਰ ਸਾਹਿਬਾਨ ਨੇ ਉਹਨਾਂ ਦੀ ਇੱਕ ਟੀਮ ਵਰਕ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਵੀ ਜੋ ਇਹਨਾਂ ਦਾ ਜੋ ਸਾਥ ਦੇ ਰਹੇ ਨੇ, ਇੱਦਾਂ ਮੈਂ ਦੂਜੇ ਸਕੂਲਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰ ਰਹੀ ਹਾਂ ਵੀ ਇੱਦਾਂ ਹੀ ਸਾਰੇ ਸਕੂਲਾਂ ਦੇ ਵਿੱਚ ਸਾਥ ਦਿੱਤਾ ਜਾਵੇ ਤਾਂ ਜੋ ਅਸੀਂ ਸਿਸਟਮ ਨੂੰ ਸਹੀ ਕਰ ਸਕੀਏ। ਸਾਹਿਬ ਜਿਮਨੀ ਚੋਣਾਂ ਅੱਗੋਂ ਆ ਰਹੀਆਂ ਕੁਝ ਮਹੀਨਿਆਂ ਨੂੰ, ਕੀ ਕਹਿਣਾ ਚਾਹੁੰਦੇ? ਜਿਮਨੀ ਚੋਣਾਂ ਵੇਖੋ ਜੀ, ਸੰਗਤ ਦਾ ਫਤਵਾ ਹੈ, ਥੋੜ੍ਹਾ ਚਿਰ ਪਹਿਲੋਂ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਈ ਹੈ, ਉਹ ਜਿਮਨੀ ਚੋਣ ਦੇ ਵਿੱਚ ਸੰਗਤ ਨੇ ਇੱਕ ਤਰਫਾ ਆਮ ਆਦਮੀ ਪਾਰਟੀ ਦਾ ਇੱਕ ਤਰਫਾ ਸਾਥ ਦਿੱਤਾ ਹੈ। ਜਿੰਨੀਆਂ ਵੀ ਜਿਮਨੀ ਚੋਣਾਂ ਹੋਣਗੀਆਂ ਸਾਰੀਆਂ ਦੇ ਵਿੱਚ ਅਸੀਂ ਸੰਗਤ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਜਿੰਨੇ ਵੀ ਆਮ ਆਦਮੀ ਪਾਰਟੀ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਵਾਅਦੇ ਕੀਤੇ ਨੇ, ਉਹਨਾਂ ਵਾਅਦਿਆਂ 'ਤੇ ਅਸੀਂ ਖਰੇ ਉਤਰਾਂਗੇ। ਅਸੀਂ 2027 ਪਹਿਲੋਂ ਜਿਹੜੇ ਵੀ ਅਰਵਿੰਦ ਕੇਜਰੀਵਾਲ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਨੂੰ ਪੂਰੇ ਕਰਾਂਗੇ।